ਅੰਮ੍ਰਿਤਸਰ ਦਾ ਪੌਸ਼ ਏਰੀਆ ਰਣਜੀਤ ਐਵਨਿਊ, ਜਿੱਥੇ 2022 ਦੇ ਵਿੱਚ ਇੱਕ ਸਾਈਕਲ ਟਰੈਕ ਬਣਾਇਆ ਗਿਆ ਸੀਗਾ, ਔਰ ਤਸਵੀਰਾਂ ਵੀ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ, ਸਾਈਕਲ ਟਰੈਕ ਹੈ। ਸਾਈਕਲ ਟਰੈਕ ਦੇ ਉੱਤੇ ਲਗਭਗ 2 ਕਰੋੜ ਰੁਪਈਏ ਦਾ ਖਰਚ ਕੀਤਾ ਗਿਆ ਸੀਗਾ, ਖਰਚ ਕਰਕੇ ਇਸ ਨੂੰ ਸਾਈਕਲ ਟਰੈਕ ਬਣਾਇਆ ਗਿਆ ਸੀਗਾ। ਬਿਲਕੁਲ ਇਹਦੇ ਨਾਲ ਗ੍ਰੀਨਰੀ ਨੂੰ ਵੀ ਚੁੱਕਿਆ ਗਿਆ ਸੀਗਾ, ਜਿਹੜੀ ਗ੍ਰੀਨਰੀ ਇਸ ਰੋਡ ਦੇ ਉੱਤੇ ਸੀਗੀ ਉਹਨੂੰ ਖਤਮ ਕੀਤਾ ਗਿਆ ਸੀਗਾ। ਔਰ ਇਸ ਟਰੈਕ ਨੂੰ ਬਣਾਉਣ ਤੋਂ ਬਾਅਦ ਉਸ ਵੇਲੇ ਦੇ ਜਿਹੜੇ MP ਗੁਰਜੀਤ ਔਜਲਾ, ਇੱਥੋਂ ਦੇ ਵਿਧਾਇਕ ਸੁਨੀਲ ਦੱਤੀ, ਜਿਹੜੇ ਕਾਰਪੋਰੇਸ਼ਨ ਦੇ ਮੇਅਰ ਸਨ, ਔਰ ਦਿਨੇਸ਼ ਬੱਸੀ ਜਿਹੜੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ, ਉਹਨਾਂ ਨੇ ਇਸ ਪਾਰਕ ਨੂੰ ਦਾ ਨੀਂਹ ਪੱਥਰ ਰੱਖਿਆ ਸੀਗਾ। ਔਰ ਇਹ ਕਿਹਾ ਸੀਗਾ ਕਿ ਇੱਥੇ ਅਤ ਜ਼ਰੂਰੀ ਹੈ ਕਿ ਲੋਕ ਆਪਣੀ ਸਿਹਤ ਲਈ ਜਿਹੜਾ ਸਾਈਕਲਿੰਗ ਕਰਨਗੇ ਉਹ ਇਸ ਟਰੈਕ ਦੇ ਉੱਤੇ ਕਰਨਗੇ। 2 ਕਰੋੜ ਦੀ ਲਾਗਤ ਨਾਲ ਬਣਿਆ ਇਹ ਸਾਈਕਲ ਟਰੈਕ, ਇੱਥੇ ਉਸ ਸਮੇਂ ਦੀਆਂ ਲਾਈਟਾਂ ਵੀ ਲਗਾਈਆਂ ਗਈਆਂ ਸਨ, ਪਰ ਤਸਵੀਰਾਂ ਤੁਹਾਨੂੰ ਬਿਆਨ ਕਰਦੀਆਂ ਨੇ, ਖੰਡਰ ਦੇ ਹਾਲਾਤ ਤੁਹਾਨੂੰ ਬਿਆਨ ਕਰਦੇ ਨੇ। ਇਹ ਹੁਣ ਸਾਈਕਲ ਟਰੈਕ ਜਿਹਦੇ ਤੇ ਲੋਕਾਂ ਦੀ ਟੈਕਸ ਦੀ ਕਮਾਈ ਜਿਹੜੀ 2 ਕਰੋੜ ਰੁਪਇਆ, ਉਹ ਹੁਣ ਇੱਕ ਕੂੜੇ ਦੇ ਵਿੱਚ ਬਦਲ ਗਿਆ। ਸਾਰਾ ਸਾਈਕਲ ਟਰੈਕ ਕੋਈ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਾਈਕਲ ਬਣਾਇਆ ਹੈ, ਔਰ ਉਹ ਸਾਈਕਲ ਟਰੈਕ ਜਿਹੜਾ ਕੂੜੇ ਦੇ ਵਿੱਚ ਤਬਦੀਲ ਹੋ ਗਿਆ, ਕੂੜਾ ਰੱਖਣ ਦੇ ਵਿੱਚ ਤਬਦੀਲ ਹੋ ਗਿਆ। ਲੋਕੀ ਆਪਣਾ ਵੇਸਟੇਜ ਜਿਤਨਾ ਵੀ ਹੈ, ਚਾਹੇ ਪੇੜ ਪੌਦਿਆਂ ਦਾ ਵੇਸਟੇਜ ਹੈ, ਗਾਰਬੇਜ ਹੈ, ਉਹ ਸਭ ਇਸ ਟਰੈਕ ਦੇ ਉੱਤੇ ਰਖਾਉਂਦੇ ਨੇ। ਸੋ ਤਸਵੀਰਾਂ ਤੁਹਾਨੂੰ ਆਪਣੇ ਆਪ ਨਜ਼ਰ ਆ ਰਹੀਆਂ ਨੇ ਕਿ ਸਾਈਕਲ ਟਰੈਕ ਜਿਹੜਾ ਰਣਜੀਤ ਐਵਨਿਊ ਦੇ ਵਿੱਚ 2022 ਦੇ ਵਿੱਚ ਇਸਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ, ਔਰ ਇਸ ਨੂੰ ਆਨੰਦ ਫਾਨਨ ਦੇ ਵਿੱਚ ਬਣਾਇਆ ਗਿਆ ਸੀਗਾ। ਔਰ ਇਹ ਸਾਈਕਲ ਟਰੈਕ ਤੇ ਜੋ ਜਾਣਕਾਰੀ ਮਿਲ ਪਾਈ ਹੈ ਕਿ ਅੱਜ ਤੱਕ ਇੱਕ ਵੀ ਸਾਈਕਲ, ਮੈਂ ਫੇਰ ਕਵਾਂਗਾ, ਇੱਕ ਵੀ ਸਾਈਕਲ ਇਸ ਟਰੈਕ ਦੇ ਉੱਤੇ ਨਹੀਂ ਦੌੜਿਆ। ਇਹ ਪੂਰਾ ਜਿਹੜਾ 3 ਕਿਲੋਮੀਟਰ ਦੇ ਰੇਂਜ ਦੇ ਵਿੱਚ ਸਾਈਕਲ ਟਰੈਕ ਬਣਿਆ ਹੈ, ਇਹ ਪੂਰੇ ਰਣਜੀਤ ਐਵਨਿਊ ਦਾ ਗੇੜਾ ਲਗਾਉਂਦਾ ਹੈ। ਲੋਕ ਇੱਥੇ ਜਿਹੜੇ ਸਾਈਕਲਿੰਗ ਕਰ ਰਹੇ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਸੀਗਾ ਕਿ ਸਾਈਕਲਿੰਗ ਦੇ ਲਈ ਤੁਸੀਂ, ਤੁਹਾਡੇ ਲਈ ਵੱਖਰਾ ਜਿਹੜਾ ਸਾਈਕਲ ਟਰੈਕ ਆ ਬਣਾਇਆ ਜਾਏਗਾ, ਵਿਦੇਸ਼ਾਂ ਦੀ ਤਰਜ਼ ਦੇ ਉੱਤੇ ਸਾਈਕਲ ਟਰੈਕ ਬਣਾਇਆ ਗਿਆ ਸੀਗਾ। ਸੋ ਇਸ ਬਾਰੇ ਜ਼ਿਆਦਾ ਗੱਲ ਵੀ ਕਰਾਂਗੇ, ਸਿੰਘ ਸਾਹਿਬ ਨਾਲ ਗੱਲ ਕਰਨੇ। ਸਿੰਘ ਸਾਹਿਬ ਇਸ ਰਣਜੀਤ ਐਵਨਿਊ ਦੇ ਵਸਨੀਕ ਨੇ। ਸਿੰਘ ਸਾਹਿਬ, ਤੁਹਾਡੇ ਸਾਹਮਣੇ ਇਹ ਸਾਈਕਲ ਟਰੈਕ ਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ, ਬਣਿਆ ਵੀ ਮੇਰੇ ਤੁਹਾਡੇ ਸਾਹਮਣੇ ਹੀ ਬਣਿਆ ਸੀਗਾ, ਲਗਭਗ 2 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਾਈਕਲ ਟਰੈਕ ਬਣ ਗਿਆ, ਤੇ ਹੁਣ ਉਹਦੀ ਹਾਲਾਤ ਤੁਹਾਡੇ ਸਾਹਮਣੇ ਹੈ, ਬਿਲਕੁਲ ਤੁਸੀਂ ਉਹਦੇ ਸਾਹਮਣੇ ਰਹਿੰਦੇ ਹੋ। ਮੇਰਾ ਖਿਆਲ ਪਹਿਲੀ ਗੱਲ ਤਾਂ ਇਹ ਹੈ ਕਿ 2 ਕਰੋੜ ਨਹੀਂ, ਸ਼ਾਇਦ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਪੈਸਾ ਲੱਗਾ ਹੋਵੇ। ਦੂਸਰੀ ਗੱਲ ਇਹ ਹੈ ਕਿ ਇਹ ਤੁਸੀਂ ਹਾਲਾਤ ਚਲੋ ਵੇਖੋ, ਅੰਮ੍ਰਿਤਸਰ ਦੀ ਜਨਤਾ ਨੇ, ਰਣਜੀਤ ਐਵਨਿਊ ਦੀ ਜਨਤਾ ਨੇ ਇਹ ਚੀਜ਼ਾਂ, ਇਹੋ ਜਿਹੀਆਂ ਗਲਤ ਚੀਜ਼ਾਂ ਬਣੀਆਂ ਹੋਈਆਂ ਦੇਖ ਕੇ ਆਪਣੇ ਵੱਲੋਂ ਕੋਈ ਘੱਟ ਨਹੀਂ ਸੀ ਕੀਤੀ ਨਵੀਂ ਸਰਕਾਰ ਲਿਆਉਣ ਦੇ ਵਿੱਚ, ਕਿ ਪੁਰਾਣੇ ਜਿਨ੍ਹਾਂ ਨੇ ਗਲਤ ਮਲਤ ਕੀਤਾ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਪਨਿਸ਼ ਹੋਣਗੇ ਜਾਂ ਜਨਤਾ ਦਾ ਪੈਸਾ ਵੇਸਟ ਹੋਇਆ ਉਹ ਵਾਪਸ ਲਿਆਂਦਾ ਜਾਏਗਾ। ਜਨਤਾ ਨੇ ਆਪਣਾ ਪੂਰਾ ਫਰਜ਼ ਨਿਭਾਇਆ, ਪਰ ਹੁਣ ਨਵੀਂ ਸਰਕਾਰ ਨੂੰ ਜੇ ਇਹ ਚੀਜ਼ਾਂ ਨਹੀਂ ਨਜ਼ਰ ਆਈਆਂ, ਜਨਤਾ ਨੇ ਨੌਰਥ ਦੇ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਬੜੇ ਵੱਡੇ ਮਾਰਜਨ ਨਾਲ ਜਿਤਾਇਆ, ਉਸ ਬੰਦੇ ਨੂੰ ਹਰਾਇਆ ਜਿਹੜਾ ਸੋਚ ਹੀ ਨਹੀਂ ਸਕਦਾ ਕਿ ਮੈਂ ਸ਼ਾਇਦ ਬਾਦਲਾਂ ਤੋਂ ਵੀ ਉੱਤੇ, ਜੇ ਬਾਦਲ ਹਾਰ ਗਏ ਤੇ ਉਹ ਉਹਨਾਂ ਤੋਂ ਵੀ ਉੱਤੇ ਸੀ, ਜੋਸ਼ੀ ਸਾਹਿਬ ਜਿਹੜੇ ਸਮਝਦੇ ਸੀ ਕਿ ਮੈਂ ਨਹੀਂ ਹਾਰ ਸਕਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਪਹਿਲੀ ਵਾਰੀ ਆਏ ਤੇ ਉਹ ਜਿੱਤੇ, ਉਹ ਲੋਕਾਂ ਨੇ ਇਸੇ ਕਰਕੇ ਜਿਤਾਇਆ ਕਿ ਇੱਕ ਇਹੋ ਜਿਹਾ ਬੰਦਾ ਸੀ, ਲਿਆ ਰਹੇ ਹਾਂ ਕਿ ਜਿਹੜੇ ਇਹ ਸਾਰੀ ਜਨਤਾ ਦੇ ਦੁੱਖ, ਜਨਤਾ ਦੇ ਗਏ ਹੋਏ ਪੈਸਿਆਂ ਦਾ ਹਿਸਾਬ ਲਵੇਗਾ। ਪਰ ਅੱਗੋਂ ਤੁਸੀਂ ਸਾਰੇ ਜਾਣੀ ਜਾਣੀ ਹੋ, ਬਾਕੀ ਇੱਥੇ ਕਈ ਬੰਦੇ ਹੈਗੇ ਆ, ਇੱਥੇ ਤੁਹਾਡੇ ਸਾਹਿਬ ਭਾਈ ਸਾਹਿਬ ਸਾਡੇ ਕਿਹਾ ਆਏ ਦੇ ਆ, ਇਹਨਾਂ ਨੂੰ ਆਪਾਂ ਜੇ
ਵੇਖੀਏ ਤੇ ਆਪਣੇ ਬਲ ਦੇ ਉੱਤੇ ਦਮ ਦੇ ਉੱਤੇ ਜਨਤਾ ਨੂੰ ਵੇਖ ਕੇ ਉਹਨਾਂ ਦਾ ਦੁੱਖ ਦਰਦ ਪਲੱਸ ਸਾਡਾ ਪੈਸਾ ਜਿਹੜਾ ਬਰਬਾਦ ਹੋਇਆ। ਕਈ ਬੰਦੇ ਬੋਲਦੇ ਵੀ ਆ ਪਰ ਅੱਜ ਬੋਲਣ ਵਾਲੇ ਵੀ ਸ਼ਾਇਦ ਚੁੱਪ ਹੋ ਕੇ ਰਹਿ ਗਏ ਆ ਕਿ ਕਿਧਰੇ ਆਵਾਜ਼ ਜਾਣੀ ਨਹੀਂ। ਮੈਂ ਇੱਕ ਗੱਲ ਥੋੜੀ ਜਿਹੀ ਟੋਕਣਾ ਚਾਹੂੰਗਾ, ਤੁਹਾਡੇ ਬਿਲਕੁਲ ਘਰ ਦੇ ਸਾਹਮਣੇ ਟਰੈਕ ਬਣਿਆ, ਉਸ ਟਰੈਕ ਤੋਂ ਪਹਿਲੇ ਇਹ ਗ੍ਰੀਨਰੀ ਬੈਲਟ ਸੀਗੀ, ਇੱਥੋਂ ਪੇੜ ਪੌਦੇ ਵੀ ਚੁੱਕੇ ਗਏ, ਸਾਰਾ ਕੁਝ ਚੁੱਕਿਆ ਗਿਆ ਕਿ ਇਹਨੂੰ ਤਰਜ਼ ਦਿੱਤੀ ਗਈ ਕਿ ਵਿਦੇਸ਼ਾਂ 'ਚ ਜਿਵੇਂ ਸਾਈਕਲ ਟਰੈਕ ਬਣੇ ਹੋਏ ਨੇ ਜਿੱਥੇ ਉਹ ਲੋਕ ਸਾਈਕਲ ਚਲਾਉਂਦੇ ਨੇ ਉਸ ਤਰਜ਼ ਤੇ ਬਣਾਇਆ ਜਾਏਗਾ। ਮੇਰਾ ਨਹੀਂ ਖਿਆਲ ਹੈ ਕਿ ਇਸ ਤੇ ਡੇ 1 ਤੋਂ ਪਹਿਲੇ ਦਿਨ ਤੋਂ ਕੋਈ ਸਾਈਕਲ ਚੱਲ ਪਾਇਆ ਹੋਵੇ। ਦੇਖੋ ਗੱਲ ਇਸ ਤਰ੍ਹਾਂ ਹੀ ਹੈ, ਜਦੋਂ ਇਹ ਬਣ ਰਿਹਾ ਸੀ ਨਾ ਤੇ ਅਸੀਂ ਇੱਕ ਟਰੈਕ ਵੇਖਿਆ ਸੀ ਜਿਹੜਾ ਕਿ ਹੌਲੀਡੇਨ ਦੇ ਬਾਹਰ ਬਣਿਆ ਦਾ, ਸਾਨੂੰ ਬੜੀ ਖੁਸ਼ੀ ਹੋਈ ਸੀ। ਚੰਡੀਗੜ੍ਹ ਵੀ ਜਾਈਦਾ, ਉੱਥੇ ਵੀ ਵੇਖੀਦਾ, ਬੜੀ ਖੁਸ਼ੀ ਹੋਈ ਸੀ ਕਿ ਜੇ ਅਸੀਂ ਛੋਟੇ ਮੋਟੇ ਕੰਮ ਜਿਹੜੇ ਨਜ਼ਦੀਕ ਦੇ ਹੈਗੇ ਆ, ਅਸੀਂ ਵੀ ਮੈਂ ਸਾਈਕਲ ਵੀ ਉਦੋਂ ਲਿਆ ਸੀ ਜਿਹੜਾ ਮੇਰੇ ਕੋਲ ਅੱਜ ਵੀ ਪਿਆ, ਤੁਸੀਂ ਘਰ ਮੇਰਾ ਕੋਲ ਹੀ ਆ ਦੇਖ ਸਕਦੇ ਹੋ ਜਾ ਕੇ। ਉਹ ਮੇਰਾ ਖਿਆਲ ਹੈ ਉਹ ਇਹੋ ਹੀ ਕਰਕੇ ਲਿਆ ਸੀ, 10-12 ਹਜ਼ਾਰ ਦਾ ਉਦੋਂ ਸਾਈਕਲ ਖਰਚਿਆ ਕਿ ਅਸੀਂ ਇਹ ਟਰੈਕ ਤੇ ਸਾਈਕਲ ਚਲਾਵਾਂਗੇ। ਪਰ ਜਦੋਂ ਇਹ ਟਰੈਕ ਬਣ ਕੇ ਤਿਆਰ ਹੋਇਆ ਤੇ ਇਹਦੇ ਥੱਲੇ ਤੁਸੀਂ ਝਾਤੀ ਮਾਰੋ ਜਿਹੜਾ ਇਹਦੇ ਤੇ ਪਰਫਰਸ਼ ਲੱਗਾ ਦਾ, ਇਹਦੇ ਤੇ ਤਾਂ ਆਪਣਾ ਸਿਰ ਪਟਵਾਉਣ ਵਾਲੀ ਗੱਲ ਹੈ ਜੇ ਚਲ ਗਏ। ਇਹੋ ਜਿਹੇ ਪਹਿਲੀ ਗੱਲ ਤਾਂ ਇਹ ਵੈ ਕਿ ਇਹ ਟਰੈਕ ਦਾ ਜਿਹੜਾ ਸਿਸਟਮ ਹੀ ਫਿਰ ਇੱਥੇ ਲਾਈਟਾਂ ਇੰਨੀਆਂ ਸੋਹਣੀਆਂ ਲੱਗੀਆਂ, ਬੜਾ ਮਨ ਖੁਸ਼ ਹੋਇਆ, ਪਰ ਪਹਿਲੇ ਦਿਨ ਤੋਂ ਹੀ ਲਾਈਟ ਨਹੀਂ ਜਗੀ, ਉਹ ਸਾਰਾ ਸਿਸਟਮ ਹੀ ਗੜਬੜ ਹੈ ਜੀ। ਗੱਲ ਖਤਮ, ਹੋਰ ਇਸ ਤੋਂ ਵੱਧ ਕੀ ਬੋਲੀ। ਸਿਸਟਮ ਹੀ ਇਸ ਨੂੰ ਗੜਬੜ ਹੋ ਗਿਆ, ਇਸ ਵੱਲ ਸਰਕਾਰ ਦਾ ਜਦੋਂ ਦੀ ਬਣੀ ਹੈ ਉਹਦਾ ਧਿਆਨ ਹੀ ਨਹੀਂ ਗਿਆ। ਸਾਈਕਲ ਟਰੈਕ ਤੇ ਜਾਣਕਾਰੀ ਮੁਤਾਬਿਕ 2 ਕਰੋੜ ਰੁਪਇਆ ਖਰਚ ਕੀਤਾ ਗਿਆ ਸੀਗਾ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਰਣਜੀਤ ਐਵਨਿਊ ਦੇ ਵਿੱਚ ਗ੍ਰੀਨ ਬੈਲਟ ਬਣੀ ਹੋਈ ਸੀਗੀ ਉਹ ਬੈਲਟ ਨੂੰ ਹਟਾਇਆ ਗਿਆ, ਇੱਥੋਂ ਕਈ ਦਰਖਤ ਵੀ ਪੁੱਟੇ ਗਏ। ਇਹਦਾ ਤਾਜ਼ਾ ਤੁਸੀਂ ਸਾਹਮਣੇ ਨਿਸ਼ਾਨ ਵੀ ਹੈ ਦਰਖਤ ਦਾ, ਉਹ ਵੀ ਇੱਥੋਂ ਪੁੱਟਿਆ ਗਿਆ, ਤੁਹਾਨੂੰ ਸਾਫ਼ ਨਜ਼ਰ ਆਉਂਦਾ ਹੈ। ਪਵਨ ਜੀ, ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਇਹਦੀ, ਸਾਈਕਲ ਟਰੈਕ ਕਿਉਂਕਿ ਤੁਹਾਡਾ ਵੀ ਰੈਜੀਡੈਂਸ ਇੱਥੇ ਹੀ ਹੈ, ਤੁਸੀਂ ਵੀ ਵੇਖਿਆ ਤੁਹਾਡੇ ਸਾਹਮਣੇ ਹੀ ਬਣਿਆ ਸਾਈਕਲ ਟਰੈਕ, ਠੀਕ ਹੈ, ਜਨਤਾ ਦੇ ਟੈਕਸ ਦੇ ਪੈਸੇ ਨੇ, 2 ਕਰੋੜ ਰੁਪਇਆ, ਮੈਂ ਤਾਂ ਮੇਰੀ ਜਾਣਕਾਰੀ ਮੁਤਾਬਿਕ 2 ਕਰੋੜ ਹੈ, ਪਰ ਭਾਈ ਸਾਹਿਬ ਦੱਸ ਰਹੇ ਕੁਝ ਜ਼ਿਆਦਾ ਲੱਗੇ ਹੋਣਗੇ, ਪਰ 2 ਕਰੋੜ ਰੁਪਇਆ ਹੁਣ ਕੀ ਹੈ, ਇੱਥੇ ਸਿਰਫ ਕੂੜਾਦਾਨ ਬਣ ਗਿਆ ਜੀ। ਬੈਲ ਸਾਹਿਬ, ਗੁਰੂ ਨਗਰੀ ਅੰਮ੍ਰਿਤਸਰ ਦੇ ਪੌਸ਼ ਏਰੀਆ ਰਣਜੀਤ ਐਵਨਿਊ ਵਿਖੇ ਇਸ ਵੇਲੇ ਅਸੀਂ ਮੌਜੂਦ ਹੈਗੇ ਹਾਂ। ਇੱਥੇ ਇੱਕ ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਤਹਿਤ ਸਾਈਕਲ ਟਰੈਕ ਬਣਾਇਆ ਗਿਆ ਸੀ, ਜੋ ਜਿਹਦੀ ਲਾਗਤ 1.93 ਕਰੋੜ ਰੁਪਏ ਉਸ ਸਮੇਂ ਦੇ ਵਿੱਚ ਆਈ ਸੀ। ਇਹ 2.53 ਕਿਲੋਮੀਟਰਸ ਦਾ ਟਰੈਕ ਸੀਗਾ ਜਿਹੜਾ ਜਨਵਰੀ 2021 ਦੇ ਵਿੱਚ ਬਣਾਇਆ, ਸ਼ੁਰੂਆਤ ਇਹਦੀ ਕੀਤੀ ਗਈ ਸੀ, ਔਰ ਇਹਦੀ ਵਿਡਥ ਰੱਖੀ ਗਈ ਸੀ 2 to 3.5 ਮੀਟਰ, ਕਿਤੋਂ ਇਹ 2 ਮੀਟਰ ਦਾ, ਕਿਤੋਂ ਇਹ 3.5 ਮੀਟਰ ਦਾ। ਪਹਿਲੀ ਤਾਂ ਗੱਲ ਇਹ ਹੈ ਕਿ ਇਹਦੀ ਵਿਡਥ ਜਿਹੜੀ ਆ ਉਹ ਅਨੁਕੂਲ ਹੀ ਹੈ ਨਹੀਂ ਕਿ ਸਾਈਕਲ ਟਰੈਕ ਦੇ। ਉਸ ਤੋਂ ਬਾਅਦ 6 ਮਹੀਨੇ ਦਾ ਟਾਰਗੇਟ ਰੱਖਿਆ ਗਿਆ ਸੀ ਕਿ ਅਸੀਂ ਇਹਨੂੰ ਜਨਤਾ ਨੂੰ ਜੂਨ 2020 ਸਟਾਰਟ ਕਰਕੇ 6 ਮਹੀਨੇ ਦੇ ਅੰਦਰ ਅੰਦਰ ਲੋਕਾਂ ਨੂੰ ਸਮਰਪਿਤ ਕਰ ਦਾਂਗੇ। ਉਹਦੇ ਵਿੱਚ ਵੀ ਬਹੁਤ ਜ਼ਿਆਦਾ ਡਿਲੇ ਕੀਤਾ, ਫਿਰ ਉਸ ਤੋਂ ਬਾਅਦ ਜਿੰਨਾ ਵੀ 30 ਪੁਆਇੰਟਸ ਹੈ MK ਹੋਟਲ ਦਾ, ਫਿਰ ਪੁਲਿਸ ਸਟੇਸ਼ਨ ਆ ਉੱਥੋਂ ਡਿਫੈਂਸ ਕਲੋਨੀ ਨੂੰ ਟਰਨ ਕਰਦਾ ਹੋਇਆ ਬੇਅੰਤ ਪਾਰਕ MK ਹੋਟਲ ਦੀ ਸਰਾਊਂਡਿੰਗਸ ਉੱਤੇ ਸਾਰਾ ਟਰੈਕ ਬਣਿਆ। ਅਲਟੀਮੇਟਲੀ ਇੰਨਾ ਵੱਡਾ ਸਟੇਟ ਐਕਸਚੈਕਰ ਦਾ ਲੌਸ, ਲੋਕਾਂ ਦੇ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਦਾ ਜਿਹੜਾ ਲੋਕ ਟੈਕਸ ਪੇ ਕਰਦੇ ਆ, ਉਹਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟਸ ਦਾ ਇੰਨਾ ਕੰਪਲੀਟ ਫੇਲੀਅਰ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਇਸ ਟਰੈਕ 'ਤੇ ਇੱਕ ਵੀ ਸਾਈਕਲ, ਜਿਵੇਂ ਤੁਸੀਂ ਵੀ ਦੱਸ ਦਿੱਤਾ, ਅੱਜ ਤੱਕ ਇੱਕ ਵੀ ਸਾਈਕਲ ਇੱਥੇ ਨਹੀਂ ਚੱਲਿਆ, ਪਹਿਲੀ ਗੱਲ। ਦੂਸਰੀ ਗੱਲ ਇਹ ਹੈ ਕਿ ਇੱਥੇ ਸਾਰਾ ਟਰੈਕ ਗਾਰਬੇਜ ਦਾ ਡੰਪ ਬਣ ਗਿਆ, ਲੋਕ ਸਰਾਊਂਡਿੰਗਸ 'ਤੇ ਗ੍ਰੀਨ ਬੈਲਟਸ ਜਿਹੜੀਆਂ ਨੇ ਉੱਥੋਂ ਜੋ ਵੀ ਕਟਾਈ ਕਰਦੇ ਆ, ਗ੍ਰੀਨ ਵੇਸਟ ਸਾਰਾ ਇਸ ਗਾਰਬੇਜ ਡੰਪ ਦੇ ਉੱਪਰ, ਮਤਲਬ ਕਿ ਸਾਈਕਲ ਟਰੈਕ ਦੇ ਉੱਪਰ ਸੁੱਟ ਦਿੰਦੇ ਆ ਤੁਸੀਂ। ਉਸ ਤੋਂ ਤੀਸਰਾ ਪੁਆਇੰਟ ਇਹ ਹੈ ਕਿ ਜਦੋਂ ਬਾਰਿਸ਼ ਹੁੰਦੀ ਆ
ਇਹ ਸਾਰਾ ਟਰੈਕ ਪਾਣੀ ਦੇ ਨਾਲ ਭਰ ਜਾਂਦਾ ਆ, ਪਾਣੀ ਜ਼ਿਆਦਾ ਤਾਦਾਦ ਕੋਗੂਲੇਟ ਹੋ ਜਾਂਦਾ, ਇੱਥੇ ਮੱਛਰ ਕੀੜੇ ਮਕੌੜੇ ਬਿਮਾਰੀਆਂ ਦਾ ਘਰ ਇਹ ਟਰੈਕ ਬਣ ਗਿਆ। ਜੇ ਕੋਈ ਬੰਦਾ ਇੱਥੋਂ ਪੈਦਲ ਵੀ ਲੰਘਦਾ ਹੈ ਤਾਂ ਉਹਨੂੰ ਡੇਂਗੂ, ਚਿਕਨ ਗੁਨੀਆ ਇੱਦਾਂ ਦੇ ਰੋਗਾਂ ਦੇ ਨਾਲ ਗ੍ਰਸਤ ਹੋਣਾ ਪੈ ਸਕਦਾ। ਉਸ ਤੋਂ ਬਾਅਦ ਤੁਸੀਂ ਇਹ ਦੇਖੋ, ਪੂਰੇ ਸ਼ਹਿਰ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸਾਈਕਲ ਟਰੈਕਸ ਬਣਨੇ ਸੀ, ਜਿਹੜੇ 23.2 ਕਿਲੋਮੀਟਰ ਦੇ ਬਣਨੇ ਸੀ ਗੁਰੂ ਨਗਰੀ ਦੇ ਵਿੱਚ, ਔਰ ਇਹਦੀ ਐਸਟੀਮੇਟਡ ਕੋਸਟ 19.2 ਕਰੋੜ ਬਣਨੀ ਸੀ, ਪਰ ਉਹਨੂੰ ਸੈਟੇਲਾਈਟ ਕਰਕੇ ਇੱਕ ਲਿਮਿਟਡ ਪਾਇਲਟ ਪ੍ਰੋਜੈਕਟ ਦੇ ਤਹਿਤ ਪਹਿਲਾਂ ਰਣਜੀਤ ਐਵਨਿਊ ਦੇ ਵਿੱਚ ਇਹਨੂੰ ਕਹਿ ਸਕਦੇ ਹੋ ਟੈਸਟ ਹੀ ਕੀਤਾ ਗਿਆ, ਉਹ ਵੀ ਕੰਪਲੀਟਲੀ ਫੇਲ ਹੋ ਗਿਆ। ਇੱਥੇ ਲਾਈਟਸ ਲਗਾਈਆਂ ਗਈਆਂ, ਉਹ ਲੋਕੀ ਚੋਰੀ ਕਰਕੇ ਲੈ ਗਏ, ਇੱਥੇ ਗਾਰਬੇਜ ਡੰਪ ਬਣ ਗਿਆ, ਪਾਣੀ ਇੱਥੇ ਇਕੱਠਾ ਹੋ ਜਾਂਦਾ। ਉਹਦੇ ਸਾਈਡ ਤੇ ਤੁਸੀਂ ਗ੍ਰੀਨ ਬੈਲਟ ਦੇਖ ਰਹੇ ਹੋ, ਜਿਹੜੀ ਥੱਲੇ ਸਾਈਡ ਤੇ ਫੁੱਟਪਾਥ, ਮੈਂ ਅਰਜ਼ ਕਰਾਂਗਾ ਕੈਮਰਾਮੈਨ ਸਾਹਿਬ ਨੂੰ ਕਿ ਉਹ ਇਹ ਮਹਿਸੂਸ ਹੁੰਦਾ ਕਿ ਜਿਹੜਾ ਆਵਾਮ ਦਾ ਪੇਟ ਫਾੜ ਕੇ, ਈਵਨ ਬੱਚਾ ਟੌਫੀ ਵੀ ਖਰੀਦਦਾ ਤੇ ਉਹਦੇ ਉੱਤੇ ਟੈਕਸ ਉਹ ਪੇ ਕਰਦਾ ਆ, ਆਵਾਮ ਦਾ ਪੇਟ ਫਾੜ ਕੇ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ ਉਹਨੂੰ ਇਸ ਤਰੀਕੇ ਦੇ ਨਾਲ